ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਨਾਰਪੁਰ, ਤਹਿਸੀਲ ਕਰਤਾਰਪੁਰ ਅਤੇ ਜ਼ਿਲ੍ਹਾ ਜਲੰਧਰ, ਜਲੰਧਰ ਜ਼ਿਲ੍ਹੇ 'ਚੋਂ ਅੱਜ ਦੀ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ। ਚਾਰ ਮੱਝਾਂ ਤੁਹਾਨੂੰ ਵਿਖਾਉਣੀਆਂ ਅਤੇ ਚਾਰੇ ਸੋਹਣੀਆਂ ਮੱਝਾਂ ਹੈ, ਆਪਾਂ ਦੇਖ ਸਕਦੇ। ਇੱਕ ਤੁਹਾਨੂੰ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾਉਣੀ ਹੈ। ਅਤੇ ਹੁਣ ਵੀਰ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਇਹਨਾਂ ਬਾਰੇ ਸਾਡੀ ਡਿਟੇਲ। ਅਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਇਸ ਚੈਨਲ 'ਤੇ ਪਹਿਲੀ ਵਾਰੀ ਆਏ ਜਾਂ ਜਿਨ੍ਹਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ ਵੀਰ ਜੀ, ਕੀ ਹਾਲ ਜੀ? ਠੀਕ ਠਾਕ ਵਧੀਆ ਜੀ, ਤੁਸੀਂ ਦੱਸੋ ਜੀ। ਵਧੀਆ ਜੀ ਵੀਰ ਜੀ, ਨਾਮ ਦੱਸ ਦਿਆ ਕਰੀ ਆਪਣਾ। ਨਾਮ ਮੇਰਾ ਭਾਈ ਹਰਜਿੰਦਰ ਸਿੰਘ, ਪਾਪਾ ਦਾ ਨਾਮ ਸਰਦਾਰ ਪਰਮਜੀਤ ਸਿੰਘ, ਪਿੰਡ ਨਾਰਪੁਰ, ਜ਼ਿਲ੍ਹਾ ਜਲੰਧਰ, ਤਹਿਸੀਲ ਕਰਤਾਰਪੁਰ। ਜਲੰਧਰ ਤੋਂ ਜਿਹੜਾ ਅੰਮ੍ਰਿਤਸਰ ਰੋਡ ਪੈਂਦਾ ਉਹਦੇ ਵਿੱਚ ਆ ਜੀ। ਜਲੰਧਰ ਤੋਂ ਵੀ 15 ਕਿਲੋਮੀਟਰ, ਬਿਆਸ ਤੋਂ ਵੀ 15 ਕਿਲੋਮੀਟਰ ਅਤੇ ਕਪੂਰਥਲੇ ਤੋਂ 9 ਕਿਲੋਮੀਟਰ ਆਪਣਾ ਪਿੰਡ ਵਿੱਚ ਪੈਂਦਾ ਜੀ। ਠੀਕ ਹੈ ਜੀ। ਅਤੇ ਕਰਤਾਰਪੁਰ ਕਿੰਨਾ ਜੀ ਇੱਥੋਂ? ਇੱਥੋਂ ਭਾਈ ਕਰਤਾਰਪੁਰ 4 ਕਿਲੋਮੀਟਰ ਆ। 4 ਕਿਲੋਮੀਟਰ, ਠੀਕ ਹੈ। ਅਤੇ ਫੋਨ ਨੰਬਰ ਬੋਲ ਦਿਆ ਕਰੀ ਆਪਣਾ। ਫੋਨ ਨੰਬਰ ਜੀ 98 88 29 28 22, ਇੱਥੇ ਵਟਸਐਪ ਚੱਲਦੀ, ਕਾਲਿੰਗ ਵੀ ਹੁੰਦੀ। ਦੂਜਾ ਨੰਬਰ 85 5 90 15 89। ਠੀਕ ਹੈ ਜੀ। ਅਤੇ ਵੀਰ ਜੀ, ਆਪਣਾ ਵਪਾਰ ਦਾ ਕੰਮ ਕਰਦੇ ਕਿੰਨਾ ਕੁ ਟਾਈਮ ਹੋ ਗਿਆ ਜੀ? ਜੀ ਪਹਿਲਾਂ ਤਾਂ ਫਾਦਰ ਸਾਹਿਬ ਕਰਦੇ ਜੀ, 20-22 ਸਾਲ ਹੋ ਗਿਆ ਮੈਨੂੰ ਭਾਈ, ਥੋੜ੍ਹਾ ਟਾਈਮ ਹੀ ਹੋਇਆ, 2-3 ਮੰਥ ਹੋਏ ਆ ਭਾਈ। ਅੱਛਾ, ਮਤਲਬ ਇੱਕ ਹਿਸਾਬ ਦਾ ਪੀੜੀਆਂ ਦਾ ਹੀ ਕੰਮ ਚੱਲ ਰਿਹਾ ਵਾ। ਠੀਕ ਹੈ, ਚਲੋ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਮੱਝ ਖਲੋਤੀ ਆ, ਇਹ ਭਾਜੀ ਮੈਂ ਤੀਜੇ ਸੂਏ ਗੱਭਣ ਆ ਜੀ। ਅੱਛਾ ਜੀ। 8 ਮਹੀਨੇ ਦੀ ਚੈੱਕ ਪਾਸ ਆ, 3 ਤਰੀਕ ਨੂੰ 9ਵਾਂ ਮਹੀਨਾ ਲੱਗ ਜਾਣਾ। ਠੀਕ ਹੈ। ਘਰ ਦੀ ਮੱਝ ਆ ਭਾਜੀ, ਇਹਨੇ ਦੂਜੇ ਸੂਏ ਲੀਟਰ ਵਾਲਾ ਦੁੱਧ ਜਿਹੜਾ 14 ਕਿਲੋ ਚ ਆਇਆ ਜੀ। ਅੱਛਾ, 14 ਲੀਟਰ ਦੁੱਧ ਹੱਥੀ ਚ ਹੋਇਆ ਤੁਸੀਂ ਆ? ਹਾਂਜੀ, ਘਰ ਦੀ ਮੈਂ ਆਪਣੀ। ਠੀਕ ਹੈ। ਹਾਂਜੀ, ਤੇ ਕੀ ਮੁੱਲ ਕਰਨਾ ਫਿਰ ਇਹਦਾ? ਇਹਦਾ ਭਾਜੀ ਮੁੱਲ ਦਾ ਜੋ ਮਰਜ਼ੀ ਕਰੀ ਜੀ, 55,000 ਚ ਮਾਨਤਾਨ ਹੋ ਜੂਗਾ। ਅੱਛਾ, 55 ਚ ਮਾਨਤਾਨ ਕਰ ਦੋਗੇ? ਹਾਂਜੀ। ਠੀਕ ਹੈ। 3 ਛੱਡ ਦਾਂਗੇ, 52 ਦੀ ਦੇ ਦਾਂਗੇ। ਅੱਛਾ, 52 ਦੀ ਦੇ ਦੋਗੇ, ਛੋਟ ਛੋਟ ਕਰ ਦਾਂਗੇ ਖੁੱਲੀ ਭਾਜੀ। ਠੀਕ ਹੈ ਜੀ। ਹਾਂਜੀ ਵੀਰ ਜੀ, ਫਿਰ ਇਹਨੂੰ ਇੱਕ ਵਾਰੀ ਤੋੜ ਕੇ ਵਿਖਾ ਦਈਏ ਜੀ। ਇਹ ਭਾਜੀ ਹੁਣ ਦਾ ਰੇਟ ਇਹਦਾ 55,000 ਰੁਪਇਆ। ਹਾਂਜੀ। ਤੇ ਜੇ ਮੱਝ ਤਿਆਰ ਹੋ ਗਈ ਹੁਣ ਹੋਰ ਰੇਟ ਹੋਊਗਾ, ਜੋ ਵੀਰ ਸਾਂਭ ਸੁਣ ਲਏਗਾ। ਮੈਂ ਭਾਜੀ ਵੱਡੀ ਆ, ਤਿਆਰ ਹੋ ਗਈ। ਆਹੋ, ਮਤਲਬ ਸਾਂਭ ਕੇ ਨਫਾ ਦੇਣ ਵਾਲੀ ਆ, ਹਨਾ? ਠੀਕ ਹੈ, ਲਿਆ ਖੋਲੋ ਫਿਰ। ਰੇਟ ਵੀ ਜਿਹੜਾ ਇਹਦਾ ਵੀਰ ਜੀ ਨੇ 52,000 ਕੀਤਾ। ਤੇ ਬਾਕੀ ਦੁੱਧ 14 ਲੀਟਰ ਵੀਰ ਜੀ ਹੁਣੀ ਦੱਸ ਦੇਗੀ ਜਿਹੜਾ ਅਸੀਂ ਚੋਇਆ। ਚੰਗੀ ਸੋਹਣੀ ਮੱਝ ਆ। ਇੱਕ ਪਾਸੇ ਦਾ ਸਿੰਗ ਦਾ ਜਿਹੜਾ ਖੋਖ ਲੱਥਾ। ਠੀਕ ਹੈ ਵੀਰ ਜੀ, ਲੈ ਜਿਓ ਜੀ। ਕੱਦ ਵੀ ਸੋਹਣਾ ਅਤੇ ਬੋਡੀ ਵੇਟ ਵੀ ਤੁਸੀਂ ਦੇਖ ਸਕਦੇ ਜੀ। ਆਹ ਘਰ ਦੀ ਮੱਝ ਆ ਜਿਹੜੇ ਵੀਰ ਜੀ ਉਹਨਾਂ ਦੇ, ਬਾਕੀ ਜਿਹੜੀਆਂ ਪਸ਼ੂ ਲਿਆਂਦੇ ਹੋਏ ਖਾਣੇ ਦੇ ਕਰੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ। ਹਾਂ, ਦੇਖ ਸਕਦੇ, ਹਵਾਨਾ ਖੁੱਲ੍ਹਾ ਤਿਆਰ ਕਰੋਗੇ ਜਦੋਂ ਬਣੂਗੀ। ਤੇ ਥਣ ਥਣ ਵੀਰ ਜੀ, ਓਕੇ ਆ ਜੀ ਸਰ? ਓਕੇ ਵੀਰ ਜੀ, ਪੂਰੀ ਆਪਣੀ ਗਰੰਟੀ ਆ, ਮੈਂ ਘਰ ਦੀ ਇੱਕ ਸੂਆ ਚੁੜਿਆ। ਠੀਕ ਹੈ। 8 ਮਹੀਨੇ ਪੂਰੇ ਆ ਭਾਜੀ, 9ਵਾਂ ਮਹੀਨਾ ਸਟਾਰਟ ਹੋ ਗਿਆ, 3 ਤਰੀਕ ਨੂੰ 9ਵਾਂ ਮਹੀਨਾ ਪੂਰਾ ਹੋ ਜਾਣਾ ਮੈਂ। ਠੀਕ ਹੈ, ਠੀਕ ਹੈ ਭਾਜੀ। ਮੈਂ ਜਦੋਂ ਕੋਲੋਂ ਆਉਂਦੀ ਆ, 3-4 ਦਿਨ ਰਹਿ ਜਾਂਦੇ ਉਦੋਂ ਮੈਂ ਭਰਦੀ ਆ। ਠੀਕ ਹੈ, ਠੀਕ ਹੈ ਜੀ। ਇਹ 14-15 ਕਿਲੋ ਦੀ ਗਰੰਟੀ ਨਾਲ ਮੈਂ ਦਾਂਗੇ। ਠੀਕ ਹੈ ਜੀ, ਠੀਕ ਹੈ। ਆਹ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇੱਕ ਨੀਲੀ ਰਾਵੀ ਮਾਈ ਤੁਹਾਨੂੰ ਕਾਫੀ ਸੋਹਣੀ ਦਿਖਾਉਣੀ ਆ। ਬੋਡੀ ਵੇਟ ਵੀ ਕਾਫੀ ਸੋਹਣਾ ਤੇ ਹਵਾਨਾ ਵੀ ਥੱਲੇ ਸੋਹਣਾ। ਇਹ ਵੀਰ ਜੀ, ਚਵਾਈ ਕਿੰਨੇ ਕੁ ਵਜੇ ਕੀਤੀ ਆਪਾਂ? ਚਵਾਈ ਭਾਜੀ 5 ਵਜੇ ਦੀ ਆਪਣੀ ਚਵਾਈ ਆ। 5 ਵਜੇ ਦੀ ਚਵਾਈ, ਕਹਿਣ ਜੋ ਮਰਜ਼ੀ ਕਹੀਏ, 7-7 ਸਾਢੇ 7-5 ਵਜੇ ਮੈਂ ਚੋਈ ਆ ਭਾਜੀ। ਅੱਜ 4th ਦਿਨ ਹੋ ਗਿਆ ਸੂਈ ਨੂੰ ਕੱਟਾ ਨਾਲ ਆ ਜੀ। ਠੀਕ ਹੈ। ਇਸ ਟਾਈਮ 10-11 ਕਿਲੋ ਬੋਲਾ ਰੈਡੀ ਆ ਜੀ ਭਾਜੀ। ਅੱਛਾ ਜੀ। ਮੈਂ 14-15 ਕਿਲੋ ਦੁੱਧ ਦੀ ਗਰੰਟੀ ਨਾਲ ਦਿਆਂਗੇ ਭਾਜੀ। 12 ਕਿਲੋ ਦੁੱਧ ਮੈਂ ਪਹਿਲੇ ਸੂਏ ਚੋਂ ਆਇਆ, ਆਪਣੇ ਗਵਾਂਢ ਤੋਂ ਮੈਂ ਲਈ ਆ ਭਾਜੀ। ਅੱਛਾ ਜੀ, 14-15 ਲੀਟਰ ਦੁੱਧ ਜਿਹੜਾ ਦੂਸਰੇ ਸੂਏ ਕਰੂਗੀ। ਹਾਂਜੀ ਹਾਂਜੀ। ਬੱਚਾ ਕੀ ਆ ਗਿਆ ਮਗਰ? ਬੱਚਾ ਮਗਰ ਕੱਟਾ ਆ ਗਿਆ ਜੀ। ਮਗਰ ਕੱਟਾ ਆ ਗਿਆ ਜੀ। 4 ਦਿਨ ਦੀ ਸੂਈ ਆ। ਠੀਕ ਹੈ। ਤੇ ਵੀਰ ਜੀ, ਕਰੀ ਟਾਈਮ ਦਿਖਾ ਦਈਏ ਆਪਾਂ, ਕਿ ਸਵੇਰ ਦੇ ਟਾਈਮ ਹੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ। ਟਾਈਮ ਭਾਈ 10:18। ਹਾਂ, ਦੇਖ ਸਕਦੇ 10:18 ਜਿਹੜੇ ਹੋਏ ਆ, ਤੇ 5 ਵਜੇ ਦੀ ਚਵਾਈ ਜਿਹੜੀ ਹੋਈ ਉਸ ਹਿਸਾਬ ਨਾਲ ਕੋਈ ਵੀ ਵੀਰ ਹਵਾਨੇ ਦਾ ਅੰਦਾਜ਼ਾ ਲਗਾਵੇ। ਠੀਕ ਹੈ ਵੀਰ ਜੀ, ਲਿਆ ਖੋਲੋ, ਇਹਨਾਂ ਵੀ ਤੋਰੀਏ ਜੀ। ਬਾਕੀ ਸੋਹਣੀ ਮੱਝ ਆ, ਬੋਡੀ ਵੇਟ ਚੰਗਾ। ਹਾਂ, ਦੇਖ ਸਕਦੇ ਅਗਲੇ ਪੈਰ ਵੀ ਤੇ ਪਿਛਲੇ ਪੈਰ ਵੀ, ਬਾਕੀ ਬੋਡੀ ਵੇਟ ਕਾਫੀ ਪਿਆਰਾ, ਸੋਹਣੀ ਝੋਟੀ ਆ। ਸੂਆ ਦੂਸਰਾ ਸੂਈ ਆ, ਤੇ ਦੁੱਧ 14-15 ਲੀਟਰ ਵੀਰ ਜੀ ਹੁਣੀ ਕਹਿੰਦੇ ਕਿ ਜਿਹੜਾ ਇਹ ਚਵਾਊਗੀ। ਬਾਕੀ ਪੂਰੀ ਫੁਰਤੀ ਜਾਂ ਰੱਸੀ ਦਾ ਥੋੜ੍ਹਾ ਜਿਹਾ ਕਰਦੀ ਹੈ। ਬੱਚੇ ਦਾ ਕਾਫੀ ਕਰਦੀ ਹੈ ਹਵਾਨਾ, ਇੱਕ ਵਾਰੀ ਤੁਸੀਂ ਲੱਗੇ ਤੋਂ ਇੱਕ ਵਾਰੀ ਫਿਰ ਤੋਂ ਦੇਖ ਸਕਦੇ। ਸ਼ਾਮ ਤੱਕ ਹਵਾਨਾ ਜਿਹੜਾ ਪੂਰਾ ਭਰੂਗੀ, ਅਜੇ ਝੋਟੀ ਆ, ਪੂਰੀ ਫੁਰਤੀ ਜਾਂ
रेट जोड़ा भी आप वेट तो पुछ दें थना का साइज एक बार लागे तो दिखा दी हाँ देख सकते जी। हाँ जी वीर जी फिर मुल आप भी दसीए जी मुल वीर जी बार करा फिर झोटी धारा मार के दिखा चलो ठीक है ठीक है। हाँ जी एक बार ला दे फिर बच्चा हाँ देख सकते कट्टा जो वीर जी उन्होंने थले लाता समा के एक धारा मार के तुम दिखाने फिर जो मुल तुम दस दें थान आप देख सकते झोटी ने काफी सोहने थान तैयार किए अगले अगला थाना दारा आप देख सकते हाँ जी वीर जी पिछले पिछले थाना दारा भी मार दौ जी काफी सोहना चवा लगा। हाँ जी ठीक है वीर जी रेट यदा पुछ दें आप। हाँ जी वीर जी फिर मुल आप भी दसीए जी मुल भाई झोटी का जो मर्जी कर दी 85,000 च मानदान कर दें। अच्छा 85 च मानदान कर दो किन्ने 2,000 छड़ देंगे 83 दी दे दो 83 दी दे दोगे ते दूध किन्ना चवा जूगी दूध भाई 15 किलो गारंटी ना मैं दूंगी। ठीक है जी 12 किलो पहले सोए देता एक री तोड़ के दिखा दे हम। ठीक लियाओ फिर खोल दे हां दे सदे एक री तन्नू फिर तो तोड़ के दिखा देने हवाना एदा एक री तन्नू दिखा दिए फिर तो ठीक है वीर जी ला जाओ जी बाहर जिहड़ा कई बार पशु डर जांदा है अगे भी मज डर गई ही बहर कटिया हवाना काफ़ी सोहना झोटी को बॉडी वेट भी काफ़ी प्यारा मानतान जोड़ा हो जाएगा जो मुल भीर जी उन्होंने किया आ हूँ तुम दूसरे तीसरे नंबर से एक होर झोटी तुम सोहनी दिखाई है पिछे भी काफ़ी सोहनी है चौड़े पिछे वाली है तो हवाना कंपैक्ट जहा वा बाकी जी चवाई भी जी इन्हों हो चुकी है तो एक पास जरा सरू आप देख सकते ना लगा ये बारे भी जो वीर तो पूछा। हाँ जी वीर जी जी तीसरे नंबर से झोटी बनी है बारे भी दसी है जी ये भाई दूजे सूए झोटी सूई है। ठीक है आज 13-14 दिन हो गए सूई नू मगर कट्टी है भाई। अच्छा कट्टी भी काफी सोहनी काफी अच्छी कट्टी है ब्लैक कट्टी है भाई उच्ची है पूरी जेट ब्लैक है कट्टी चंगे टीके दी जाती है। हां जी चंगे टीके जी ਇਸ ਟਾਈਮ ਝੋਟੀ ਕੋਲ ਜਿਹੜਾ ਠੰਡਾ ਦੁੱਧ ਕਰਕੇ 12 ਕਿਲੋ ਆਪਾਂ 11 ਕਿਲੋ ਦੀ ਗਾਰੰਟੀ ਦਾਂਗੇ ਭਾਵੇਂ ਕੋਈ ਆਨਲਾਈਨ ਮੰਗਾ ਦੇ। ਅੱਛਾ ਜੀ ਹਾਂਜੀ ਭਾਈ ਠੀਕ ਹੈ ਤੇ ਇੱਕ ਸਰੂ ਵੀਰ ਜੀ ਆਪਾਂ ਨਾਲ ਦੇ ਸਰੂ ਚੱਲਦਾ ਭਾਜੀ ਉਹ ਚੋਣੀਆਂ 5-7 ਤਾਰਾਂ ਦੀ। ਠੀਕ ਹੈ ਤੇ ਚਵਾ ਚੂ ਇਹਦਾ ਕਿਹੋ ਜਿਹਾ ਓਕੇ ਓਕੇ ਭਾਜੀ ਬੱਚਾ ਲਾ ਕੇ ਦਿਖਾਈ ਦਿਓ ਫਿਰ ਇਹਦਾ ਚਵਾ ਫੇਰੀ ਤੋਰ ਕੇ ਤੇ ਕੱਟੀ ਜਿਹੜੀ ਵੀਰ ਜੀ ਉਹਨਾਂ ਨੇ ਲਾਤੀ ਹੈ ਤੇ ਹੁਣ ਆਪਾਂ ਸਮਾ ਕੇ ਤੇ ਇੱਕ ਵਾਰੀ ਫਿਰ ਤੁਹਾਨੂੰ ਤਾਰਾਂ ਮਾਰ ਕੇ ਦਿਖਾਉਂਦੇ ਆ ਆ ਦੇ ਸਾਡੇ ਥਣ ਵੀਰ ਜੀ ਇੱਕ ਵਾਰੀ ਦਿਖਾ ਦਈਆ। ਹਾਂਜੀ ਅਗਲੇ ਅਗਲੇ ਥਣਾਂ 'ਚ ਤਾਰਾਂ ਮਾਰ ਦਿਓ ਜੀ अगले थना धारा सोहनी काफी मोटी धार है पिछले थना चाहे धारा मार दे वीर जी सरू ना वीर जी कोई दिक्कत नहीं आती चोन लगे हाँ जी ठीक है जी चलो ठीक है वीर जी ने भी तोड़ के विखाइए फिर आप देख सकते तोड़ के तुम दिखा दिए सोहनी झोटी है ये भी बेल काफी प्यारी है पिछे भी काफ़ी चौड़ी है हवाना तुम दिखा दी एक बाकी गली च तोरने कई बार गली च पशु डर भी जाता है बच्चे तो काफ़ी कर दी है। एक बार फिर जी फिर इतों का घुमा दौ जी हवाना चंगी तरह दिखा दी आप बच्चे दे जड़े मझा जरा बच्चे दियाँ ज़्यादा कर दी सज्जर सूई है ठीक है फिर जी पाते हो जी बॉडी वेट यदा झोटी का भी सोहना हाँ देख सकते हवाना ये कोल भी सोहना लगा शाम तक हवाने जोड़े सोहने तैयार करूगी बाकी कोई वीर अपनी दो टाइम चवाई करके खड़े आ हूँ एंड से जी सब तो व्डे कद वाली मज जी तिना च सब तो उच्चा कद एंड तुम दिखाई है यदा मुल आप दस दिए पहले काफी उच्चे कद वाली मज तेन विखाने तिना मजा चौवे मजा सब तो उच्ची मज यही है ये बारे भी पुछते हैं। हाँ जी वीर जी ये बारे भी दस्यो जी
बड़ी अलग चीज आ गई मझा चीजा बड़ी घट देखने मिलदी कोई पहाड़ा नहीं पाया हुआ सुकी तोड़ी जी गाड़ी पई है इस तरह जी मज पसमी देख सकते धारा मार दी देख सकते पसमगी अगले अगले थाना धारा आप देख सकते पिछले थाना चाहे धारा मीर जी मार दियो जी ठीक है वीर जी तोर के विखाइए जी मैं कद काफी सोहना एदा वजन भी काफी प्यारा है तोर के एक तुम दिखा दिए फिर जो रेट आप वीर तो पुछ ली देख सकते हाँ जी ठीक है वीर जी लै जाओ जी दुध वीर जी हम इस टाइम ये को 9-10 किलो दसते बाकी जो मिलन का तरीका आप देखा उन्हें कि इस तरह ही धार मार के थले बह जाओ बस देख सकते ठीक है जी आ देख सकते बाद चो फिर जो मर्जी बह जाओ एच एफ गावां वाला हिसाब है भावें सारा दिन थले बैठे रहो ठीक है जी ये चीज एह जी चीज़ा मझा च बहुत घट देखने आपको मिलती हैं गावं अक्सर आप देख सकते हैं पर मझा च यह चीज़ा घट ही देखने मिलती हैं हाँ जी वीर जी फिर मुल आप भी दसीए जी पशु जो चार वीर जी ने मकाओ किए बाकी कोई वीर इतने आवे अपनी तसली करे दो टाइम चवाई करे तीन टाइम चवाई करे चेक पास करे फिर पशु खरीदे जी हाँ जी दोस्तों वीडियो ने पूरा देखने लई बहुत बहुत धन्यवाद।